ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਖਾਲਸਾ ਪੰਥ ਵਿੱਚ ਬ੍ਰਾਹਮਣਾਂ ਦਾ ਯੋਗਦਾਨ, ਜੀ ਹਾਂ, ਕੁਝ ਅਜਿਹਾ ਹੀ ਪ੍ਰਚਾਰਿਆ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਅੱਜ ਕੱਲ੍ਹ ਸੋਸ਼ਲ ਮੀਡੀਆ ਉੱਤੇ ਇੱਕ ਮੈਸੇਜ ਬਹੁਤ ਜ਼ਿਆਦਾ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਸਾਰੇ ਹੀ ਸਾਡੇ ਜਾਂਬਾਜ਼ ਸਿੰਘ ਸ਼ਹੀਦਾਂ ਨੂੰ ਬ੍ਰਾਹਮਣ ਦੱਸਿਆ ਜਾ ਰਿਹਾ ਹੈ, ਜਿਹਦੇ ਵਿੱਚ ਸਾਰੇ ਗੁਰੂਆਂ ਨੂੰ ਬ੍ਰਾਹਮਣ ਦੱਸਿਆ ਜਾ ਰਿਹਾ ਹੈ ਅਤੇ ਖਾਲਸਾ ਪੰਥ ਦੀ ਸਿਰਜਣਾ ਦੇ ਵਿੱਚ ਬ੍ਰਾਹਮਣਾਂ ਦਾ ਯੋਗਦਾਨ ਕਿੰਨਾ ਹੈ ਉਹ ਦਰਸਾਇਆ ਜਾ ਰਿਹਾ ਹੈ, ਜਿਸ ਨੂੰ ਵੇਖਦਿਆਂ ਹੀ ਹਰ ਸੱਚੇ ਸਿੱਖ ਦੇ ਦਿਲ ਨੂੰ ਜ਼ਰੂਰ ਧਾ ਲੱਗਦੀ ਹੈ ਅਤੇ ਨਾਲ ਖੂਨ ਵੀ ਖੋਲਦਾ ਹੈ ਕਿ ਆਖਿਰ ਅਜਿਹੇ ਮੈਸੇਜਸ ਕਿਉਂ ਵਾਇਰਲ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਤੱਥ ਹੀ ਨਹੀਂ, ਸੱਚਾਈ ਹੀ ਨਹੀਂ। ਆਓ ਤੁਹਾਨੂੰ ਵਿਖਾਉਂਦੇ ਹਾਂ ਕਿ ਆਖਿਰ ਇਹ ਪੂਰਾ ਮੈਸੇਜ ਕੀ ਹੈ ਅਤੇ ਭਾਈ ਰਵਿੰਦਰ ਸਿੰਘ ਜੀ ਰਾਜ ਪਟਿਆਲੇ ਵਾਲਿਆਂ ਨੇ ਇਸ ਦਾ ਕੀ ਜਵਾਬ ਦਿੱਤਾ, ਉਸ ਤੇ ਵੀ ਇੱਕ ਨਜ਼ਰ ਮਾਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪ੍ਰਚਾਰ ਮਿਸ਼ਨ ਯੂਟਿਊਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਰਵਿੰਦਰ ਸਿੰਘ ਰਾਜ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ ਹੈ। ਸੋ ਗੁਰਮੁਖ ਪਿਆਰਿਓ, ਅੱਜ ਇੱਕ ਖਾਸ ਬੇਨਤੀ ਲੈ ਕੇ ਆਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਏ ਹਾਂ। ਖਾਸ ਵਿਸ਼ੇ ਦੇ ਉੱਤੇ ਕੁਝ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਨੇ। ਸੋ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਾਂਗਾ ਕਿ ਖਾਲਸਾ ਪ੍ਰਚਾਰ ਮਿਸ਼ਨ ਯੂਟਿਊਬ ਚੈਨਲ ਇਹ ਆਪ ਜੀ ਜ਼ਰੂਰ ਹੈ ਜਿਹੜਾ, ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਤਾਂ ਕਿ ਇਸ ਦੇ ਉੱਤੇ ਆਉਣ ਵਾਲੀਆਂ ਨਵੀਆਂ ਵੀਡੀਓਜ਼ ਨੇ ਜਿਹੜੀਆਂ ਉਹ ਆਪ ਜੀ ਦੇ ਤੱਕ ਆਸਾਨੀ ਨਾਲ ਪਹੁੰਚਦੀਆਂ ਰਹਿਣ। ਸੋ ਆਪਾਂ ਵਿਚਾਰ ਕਰਨੀ ਹੈ ਸੰਗਤ ਜੀ, ਅੱਜ ਕੱਲ੍ਹ ਨਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਮੈਸੇਜ ਵਾਇਰਲ ਹੋ ਰਿਹਾ ਜਿਹਦੇ ਉੱਤੇ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਿੱਖੀ ਸਿਧਾਂਤ ਨੂੰ ਖਤਮ ਕਰਨ ਦੇ ਲਈ ਜਾਂ ਇੰਝ ਕਹਿ ਲਈਏ ਕਿ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੇ ਲਈ ਕਈ ਏਜੰਸੀਆਂ ਵੱਲੋਂ ਬਹੁਤ ਸਾਰੇ ਕੁਝ ਯਤਨ ਨੇ ਜਿਹੜੇ ਉਹ ਸਮੇਂ ਦਰ ਸਮੇਂ ਕੀਤੇ ਜਾ ਰਹੇ ਨੇ ਅਤੇ ਇਹ ਮੈਸੇਜ ਵੀ ਇੱਕ ਉਹਨਾਂ ਯਤਨਾਂ ਦਾ ਹੀ ਇੱਕ ਹਿੱਸਾ ਹੈ। ਸੋ ਮੈਂ ਬਹੁਤੀਆਂ ਗੱਲਾਂ ਨਾ ਕਰਾਂ, ਆਪ ਜੀ ਦੇ ਸਾਹਮਣੇ ਉਹ ਮੈਸੇਜ ਪਹਿਲਾਂ ਮੈਂ ਪੜ੍ਹ ਕੇ ਸੁਣਾ ਰਿਹਾ ਜੀ, ਫਿਰ ਇਹਦੇ ਉੱਤੇ ਆਪਾਂ ਵਿਚਾਰ ਕਰਾਂਗੇ, ਇਹਨੂੰ ਸਮਝਣ ਦਾ ਯਤਨ ਕਰਾਂਗੇ ਕਿ ਉਸ ਲਿਖਣ ਵਾਲੇ ਦੀ ਭਾਵਨਾ ਕਿੱਥੇ ਜਾ ਰਹੀ ਹੈ। ਕਹਿੰਦਾ ਜੀ, ਖਾਲਸਾ ਪੰਥ ਮੇਂ ਹਿੰਦੂਓਂ ਕਾ ਯੋਗਦਾਨ, ਇਹ ਹੈਡਿੰਗ ਲਿਖ ਰਿਹਾ। ਅੱਗੇ ਕੀ ਲਿਖ ਰਿਹਾ ਜੀ, ਆਮ ਕਹਿਣਾ ਹੈ ਕਿ ਸਿੱਖੋਂ ਨੇ ਹਿੰਦੂਓਂ ਕੀ ਰਕਸ਼ਾ ਕੀ, ਖਾਲਸਾ ਪੰਥ ਕੀ ਸਥਾਪਨਾ ਕੇ ਸਮੇਂ ਬ੍ਰਾਹਮਣ ਹਿੰਦੂ ਖੱਤਰੀ ਆਗੇ ਆਏ, ਹਰ ਹਿੰਦੂ ਨੇ ਆਪਣੇ ਪਰਿਵਾਰ ਕਾ ਬੜਾ ਬੇਟਾ ਖਾਲਸਾ ਫੌਜ ਕੇ ਲੀਏ ਦੀਆ, ਏਕ ਔਰ ਜਹਾਂ ਮਰਾਠੇ ਲੜ ਰਹੇ ਥੇ ਵਹੀ ਦੂਸਰੀ ਔਰ ਰਾਜਪੂਤੋਂ ਔਰ ਬ੍ਰਾਹਮਣੋਂ ਨੇ ਮੁਗਲੋਂ ਕੀ ਨਾਕ ਮੇਂ ਦਮ ਕੀਆ ਹੁਆ ਥਾ, ਜਬ ਪਹਿਲੀ ਬਾਰ ਖਾਲਸਾ ਫੌਜ ਬਨੀ ਤਬ ਉਸਕਾ ਨੇਤਤਰ ਏਕ ਬ੍ਰਾਹਮਣ ਭਾਈ ਪ੍ਰਯਾਗਦਾਸ ਜੀ ਕੇ ਹੱਥ ਮੇਂ ਥਾ, ਉਸਕੇ ਬਾਅਦ ਉਨਕੇ ਬੇਟੇ ਭਾਈ ਮੋਹਨ ਦਾਸ ਜੀ ਨੇ ਕਮਾਨ ਸੰਭਾਲੀ, ਸਤੀ ਦਾਸ ਜੀ, ਮਤੀ ਦਾਸ ਜੀ, ਦਿਆਲ ਦਾਸ ਜੀ ਜੈਸੇ ਵੀਰ ਸ਼ਹੀਦ ਬ੍ਰਾਹਮਣ ਖਾਲਸਾ ਫੌਜ ਕੇ ਸੈਨਾ ਨਾਇਕ ਥੇ, ਉਹਨਾਂ ਨੇ ਗੁਰੂ ਜੀ ਕੀ ਰਕਸ਼ਾ ਕਰਦੇ ਹੋਏ ਆਪਣੀ ਜਾਨ ਦੇ ਦੀ, ਗੁਰੂ ਗੋਬਿੰਦ ਜੀ ਕੋ ਸ਼ਸਤਰੋਂ ਕੀ ਸ਼ਿਕਸ਼ਾ ਦੇਣੇ ਵਾਲੇ ਪੰਡਿਤ ਕਿਰਪਾ ਦੱਤ ਜੀ ਵੀ ਏਕ ਬ੍ਰਾਹਮਣ ਥੇ, ਉਨਸੇ ਬੜਾ ਯੋਧਾ ਕਭੀ ਪੰਜਾਬ ਕੇ ਇਤਿਹਾਸ ਮੇਂ ਨਹੀਂ ਦੇਖਾ ਗਿਆ, ਜਬ 40 ਮੁਕਤੇ ਮੈਦਾਨ ਛੋੜ ਕਰ ਭਾਗੇ ਤਬ ਏਕ ਬੈਰਾਗੀ ਬ੍ਰਾਹਮਣ ਲਛਮਣ ਦਾਸ ਜੀ ਉਰਫ ਬੰਦਾ ਬਹਾਦਰ ਜੀ ਔਰ ਉਸਕਾ 14 ਸਾਲ ਕੇ ਬੇਟੇ ਅਜੇ ਭਾਰਦਵਾਜ ਨੇ ਗੁਰੂ ਜੀ ਕੇ ਪਰਿਵਾਰ ਕੀ ਰਕਸ਼ਾ ਕੇ ਲੀਏ ਸਰਹੰਦ ਮੇਂ ਲੜਾਈ ਕੀ, ਚੱਪੜ ਚਿੜੀ ਕੀ ਮੈਦਾਨ ਮੇਂ ਉਨਕੀ ਇਤਿਹਾਸਕ ਜੀਤ ਹੋਈ, 1906 ਮੇਂ ਖਾਲਸਾ ਪੰਥ ਸਿੱਖ ਧਰਮ ਬਣਾ, ਕਾਲੀ ਲਹਿਰ ਚਲਾ ਕਰ ਉਸੇ ਹਿੰਦੂ ਧਰਮ ਸੇ ਕੁਝ ਲੋਕੋਂ ਨੇ ਅਲੱਗ ਕਰ ਦਿਆ, ਇਤਿਹਾਸ ਸੇ ਛੇੜਛਾੜ ਹੋਈ ਪਰ ਸੱਚਾਈ ਕਭੀ ਬਦਲ ਨਹੀਂ ਸਕਤੀ, ਸਭੀ ਬ੍ਰਾਹਮਣੋਂ ਸੇ ਅਨੁਰੋਧ ਹੈ ਇਸੇ ਜ਼ਿਆਦਾ ਸੇ ਜ਼ਿਆਦਾ ਸ਼ੇਅਰ ਕਰੇ ਔਰ ਮਹਾਨ ਬ੍ਰਾਹਮਣ ਜੋ ਦਾਓ ਜਿਨਕਾ ਇਤਿਹਾਸ ਬੇਕਾਊ ਵਾਮਪੰਥੀਓਂ ਨੇ ਮਿਟਾ ਦਿਆ ਹੈ ਉਹ ਸਭ ਕੇ ਸਾਹਮਣੇ ਆਏ। ਸੰਗਤ ਜੀ, ਆਹ ਮੈਸੇਜ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ,
ਹੁਣ ਮੈਂ ਬੇਨਤੀ ਕਰਾਂ ਇਸ ਮੈਸੇਜ ਦੇ ਵਿੱਚ ਨਾ ਜਿੰਨੇ ਵੀ ਸਿੰਘ ਜਿੰਨੇ ਵੀ ਗੁਰੂ ਕੇ ਸ਼ਹੀਦ ਗੁਰੂ ਦੇ ਪਿਆਰੇ ਹੋਏ ਨੇ ਸਿੱਖ ਇਤਿਹਾਸ ਦੇ ਵਿੱਚ, ਸਾਰਿਆਂ ਦੇ ਨਾਮ ਦੇ ਅੱਗੇ ਇਹਨੇ ਬ੍ਰਾਹਮਣ ਸ਼ਬਦ ਲਿਖ ਕੇ ਉਹਨਾਂ ਨੂੰ ਬ੍ਰਾਹਮਣ ਬਣਾਤਾ, ਹਿੰਦੂ ਬਣਾਤਾ, ਤਾਂ ਕਿ ਪੜ੍ਹਨ ਵਾਲਾ ਕਿ ਉਹ ਤਾਂ ਹਿੰਦੂ ਸਨ ਜਿਹੜੇ ਗੁਰੂ ਸਾਹਿਬ ਦੇ ਨਾਲ ਚੱਲ ਰਹੇ ਸੀ। ਪਰ ਚਲੋ ਅਗਲੇ ਦੀ ਸੋਚ ਹੈ, ਪਰ ਆਪਾਂ ਜਿਹੜਾ ਇਤਿਹਾਸਿਕ ਤੱਥ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ, ਸਭ ਤੋਂ ਪਹਿਲਾਂ ਤਾਂ ਇਹ ਲਿਖਦਾ ਖਾਲਸਾ ਪੰਥ ਮੇਂ ਹਿੰਦੂਓਂ ਕਾ ਯੋਗਦਾਨ। ਠੀਕ ਹੈ, ਜਿੱਥੇ ਯੋਗਦਾਨ ਮਿਲਿਆ ਹਿੰਦੂ ਧਰਮ ਦਾ, ਹਿੰਦੂ ਵੀਰਾਂ ਦਾ, ਉਹ ਵੀ ਜ਼ਰੂਰ ਸਾਂਝ ਪਾਵਾਂਗੇ, ਆਪ ਜੀ ਨੂੰ ਜ਼ਰੂਰ ਦੱਸਾਂਗੇ ਕਿੱਥੇ ਯੋਗਦਾਨ ਮਿਲਿਆ। ਅਤੇ ਅੱਗੇ ਇਹ ਕੀ ਲਿਖ ਰਿਹਾ, ਇਹਦੀ ਨਫ਼ਰਤ ਦੀ ਭਾਵਨਾ ਨਾਲ ਸੰਗਤ ਜੀ ਉਹ ਇਹਦੇ 'ਚੋਂ ਜ਼ਾਹਰ ਹੋ ਰਹੀ ਹੈ, ਕੋਈ ਪ੍ਰੇਮ ਭਾਵਨਾ ਦਾ ਮੈਸੇਜ ਨਹੀਂ ਇਹ। ਪਰ ਮੈਂ ਬੇਨਤੀ ਕਰਾਂ, ਹਿੰਦੂ ਸਿੱਖ ਭਾਈਚਾਰਕ ਜਿਹੜੀ ਸਾਂਝ ਹੈ ਉਹ ਸ਼ੁਰੂ ਤੋਂ ਬਣੀ ਰਹੀ ਹੈ, ਅਤੇ ਅੱਗੇ ਵੀ ਅਰਦਾਸ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਕਰਦੇ ਹਾਂ ਕਿ ਇਸੇ ਤਰ੍ਹਾਂ ਬਣੀ ਰਹੇ। ਕਿਉਂਕਿ ਗੁਰਮੁਖ ਪਿਆਰਿਓ, ਅਸੀਂ ਖੁਦ ਕੀਰਤਨੀਏ, ਪ੍ਰਚਾਰਕ ਹਾਂ, ਸਾਡਾ ਖੁਦ ਹਿੰਦੂ ਪਰਿਵਾਰਾਂ ਦੇ ਨਾਲ ਬੜਾ ਪਿਆਰ ਹੈ, ਬੜੀ ਸਾਂਝ ਹੈ, ਘਰਾਂ 'ਚ ਆਉਣਾ ਜਾਣਾ, ਗੁਰਬਾਣੀ ਦੀ ਸਾਂਝ ਉਹਨਾਂ ਦਾ, ਗੁਰੂ ਘਰ ਦੇ ਨਾਲ ਬੜਾ ਪ੍ਰੇਮ, ਐਸੇ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਗੁਰੂ ਘਰ ਨਾਲ ਜੁੜੇ ਹੋਏ ਨੇ। ਪਰ ਇਹ ਜਿਹੜੀਆਂ ਕੁਝ ਜੀਆਂ ਚਾਲਾਂ ਨੇ ਨਾ, ਇਹ ਇਹਨਾਂ ਦੀ ਸੋਚ ਹੈ ਕਿ ਹਿੰਦੂ ਸਿੱਖ ਇਕੱਠੇ ਨਾ ਬੈਠ ਸਕਣ, ਆਪਸ ਦੇ ਵਿੱਚ ਲੜਨ, ਸਿੱਖੀ ਸਿਧਾਂਤ ਦੇ ਉੱਤੇ ਸੱਟ ਮਾਰਨ ਦਾ ਯਤਨ ਕੀਤਾ ਜਾ ਰਿਹਾ ਤਾਂ ਕਿ ਸਿੱਖ ਭੜਕਣ। ਪਰ ਇੱਥੇ ਭੜਕਣ ਵਾਲੀ ਕੋਈ ਗੱਲ ਨਹੀਂ ਗੁਰਮੁਖ ਪਿਆਰਿਓ, ਇੱਥੇ ਸਿਧਾਂਤ ਦੀ ਗੱਲ ਹੈ। ਕਿਉਂਕਿ ਇਹਨੇ ਤਾਂ ਦੇਖੋ ਜਿੰਨੇ ਵੀ ਸਿੰਘ ਹੋਏ ਨੇ, ਨਾਮ ਜਿੰਨੇ ਵੀ ਇਤਿਹਾਸ ਵਿੱਚ ਆਏ ਨੇ, ਸਾਰਿਆਂ ਦੇ ਅੱਗੇ ਇਹਨੇ ਬ੍ਰਾਹਮਣ ਲਿਖ ਦਿੱਤਾ। ਕਿਉਂ? ਕਿਉਂਕਿ ਕਿਸੇ ਵੀ ਨਾਮ ਦੇ ਅੱਗੇ ਪਿੱਛੇ ਸਿੰਘ ਨਹੀਂ ਪਿਆ ਹੋਇਆ। ਕਿਉਂਕਿ ਗੁਰਮੁਖ ਪਿਆਰਿਓ, ਸਿੰਘ ਸ਼ਬਦ ਹੈ ਨਾ ਜਿਹੜਾ, ਇਹ 1699 ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਖਾਲਸਾ ਪੰਥ ਦੀ ਸਥਾਪਨਾ ਕਰਦੇ ਨੇ, ਸਿੰਘ ਸ਼ਬਦ ਉਦੋਂ ਨਿਯਤ ਹੁੰਦਾ, ਉਦੋਂ ਸਿੱਖ ਦੇ ਨਾਮ ਦੇ ਨਾਲ ਸਿੰਘ ਸ਼ਬਦ ਲਗਾਉਣਾ, ਉਦੋਂ ਗੁਰੂ ਸਾਹਿਬ ਦੀ ਇੱਕ ਮਰਿਆਦਾ ਰੱਖਦੇ ਨੇ ਵੀ ਹਰੇਕ ਸਿੱਖ ਨੇ ਆਪਣੇ ਨਾਮ ਦੇ ਨਾਲ ਸਿੰਘ ਲਾਉਣਾ, ਉਸ ਤੋਂ ਪਹਿਲਾਂ ਕਿਤੇ ਨਹੀਂ ਸੀ। 10 ਗੁਰੂ ਸਾਹਿਬਾਂ ਦੇ, ਗੁਰੂ ਗੋਬਿੰਦ ਸਿੰਘ ਜੀ ਨੇ ਵੀ ਉਦੋਂ ਹੀ ਲਵਾਇਆ, ਉਸ ਤੋਂ ਪਹਿਲਾਂ ਗੋਬਿੰਦ ਰਾਏ ਸੀ। ਤਾਂ ਲਿਖਣ ਵਾਲਾ ਤਾਂ ਹੁਣ ਸਾਰੇ ਗੁਰੂ ਸਾਹਿਬਾਂ ਦੇ ਨਾਮ ਦੇ ਅੱਗੇ ਵੀ ਬ੍ਰਾਹਮਣ ਲਿਖ ਦੇਗਾ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਸਾਰਿਆਂ ਦੇ ਅੱਗੇ ਹੀ ਬ੍ਰਾਹਮਣ ਲਿਖ ਦੇਗਾ, ਕਿਉਂਕਿ ਸਿੰਘ ਤਾਂ ਕਿਸੇ ਦੇ ਨਾਮ ਨਾਲ ਨਹੀਂ। ਠੀਕ ਹੈ, ਗੁਰੂ ਨਾਨਕ ਸਾਹਿਬ ਦਾ ਜਨਮ ਹਿੰਦੂ ਪਰਿਵਾਰ ਦੇ ਵਿੱਚ ਹੋਇਆ, ਮੈਂ ਤਾਂ ਕਲਿਆਣਦਾਸ ਜੀ, ਮਾਤਾ ਤ੍ਰਿਪਤਾ ਜੀ, ਇਹ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਸਨ। ਪਰ ਗੁਰਮੁਖ ਪਿਆਰਿਓ, ਧਰਮ ਹੈ ਜਿਹੜਾ ਇਹ ਵਿਰਾਸਤ ਵਿੱਚ ਮਿਲਣ ਵਾਲਾ ਨਹੀਂ, ਇਹ ਧਾਰਨ ਕਰਨਾ ਪੈਂਦਾ। ਹਿੰਦੂ ਘਰ ਦੇ ਵਿੱਚ ਜਦੋਂ ਕੋਈ ਬੱਚਾ ਜੰਮਦਾ, ਉਹਨੂੰ ਜਨੇਊ ਪਹਿਨਾਇਆ ਜਾਂਦਾ ਤਾਂ ਉਹ ਹਿੰਦੂ ਬਣਦਾ, ਮੁਸਲਮਾਨ ਧਰਮ ਦੇ ਵਿੱਚ ਸੁੰਨਤ ਕੀਤੀ ਜਾਂਦੀ ਹੈ ਤਾਂ ਇਸਲਾਮ ਬਣਦਾ। ਤਾਂ ਗੁਰਮੁਖ ਪਿਆਰਿਓ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਦੋਂ ਜਨੇਊ ਪਹਿਨਾਇਆ ਜਾ ਰਿਹਾ ਸੀ, ਗੁਰੂ ਸਾਹਿਬ ਨੇ ਤਾਂ ਪਾਇਆ ਹੀ ਨਹੀਂ, ਮਹਾਰਾਜ ਤਾਂ ਮਨਾ ਕਰ ਦਿੱਤਾ ਵੀ ਮੈਂ ਨਹੀਂ ਇਹ ਪਾਉਣਾ, ਤੇ ਉਦੋਂ ਤੋਂ ਹੀ ਸਿੱਖ ਧਰਮ ਦੀ ਨੀਂਹ ਰੱਖੀ ਗਈ। ਵਿਲੱਖਣ ਧਰਮ ਜਿਹੜਾ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਉਦੋਂ ਤੋਂ ਹੀ ਸ਼ੁਰੂ ਹੋ ਗਿਆ। ਫਿਰ ਉਸ ਤੋਂ ਬਾਅਦ ਜਿਹੜਾ ਵੀ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੁੜਦਾ ਗਿਆ ਉਹਨੂੰ ਫਿਰ ਜਨੇਊ ਧਾਰਨ ਕਰਨ ਦੀ ਲੋੜ ਨਹੀਂ ਸੀ ਪੈਂਦੀ, ਉਹ ਗੁਰੂ ਸਾਹਿਬ ਦੀ ਚਰਨਾਮਤ ਲੈ ਕੇ ਗੁਰੂ ਕਾ ਸਿੱਖ ਬਣ ਜਾਂਦਾ ਸੀ। ਗੁਰਮੁਖ ਪਿਆਰਿਓ, ਹੁਣ ਅੱਗੇ ਇਹ ਕੀ ਲਿਖਦਾ ਹੈ ਕਿ ਆਮ ਕਹਿਣਾ ਹੈ, ਹੁਣ ਇਹਦੀ ਲਿਖਤ ਦੇ ਝਾਤ ਮਾਰੀਏ, ਕੀ ਕਹਿੰਦਾ, ਆਮ ਕਹਿਣਾ ਹੈ ਕਿ ਸਿੱਖੋ ਨੇ ਹਿੰਦੂਆਂ ਕੀ ਰਕਸ਼ਾ ਕੀ। ਹੁਣ ਇਹਦੇ ਵਿੱਚ ਨਾ ਇਹਦੀ ਨਫ਼ਰਤ ਦੀ ਭਾਵਨਾ ਸਾਫ਼ ਜ਼ਾਹਰ ਹੋ ਰਹੀ ਹੈ, ਇਹ ਨਾ ਇਸ ਗੱਲ ਨੂੰ ਚਿਠਲਾਉਣ ਦਾ ਯਤਨ ਕਰ ਰਿਹਾ ਵੀ ਆਮ ਗੱਲ ਕਹਿਣ ਵਾਲੀ ਹੈ ਵੀ ਸਿੱਖਾਂ ਨੇ ਹਿੰਦੂਆਂ ਦੀ ਰੱਖਿਆ ਕੀਤੀ, ਪਰ ਨਹੀਂ ਤੁਸੀਂ ਆਹ ਪੜ੍ਹ ਕੇ ਵੇਖੋ, ਇਹ 'ਚ ਤਾਂ ਜਿੰਨੇ ਵੀ ਨਾਮ ਆਏ ਸਾਰੇ ਬ੍ਰਾਹਮਣ ਸੀ, ਸਿੱਖਾਂ ਨੇ ਕਿਵੇਂ ਹਿੰਦੂਆਂ ਦੀ ਰੱਖਿਆ ਕਰ ਦਿੱਤੀ। ਇਹ ਉਸ ਦੀ ਚਾਲ ਇੱਥੇ ਸਾਨੂੰ ਨਜ਼ਰ ਆ ਰਹੀ ਹੈ ਕਿ ਉਹ ਨਫ਼ਰਤ ਦੀ ਭਾਵਨਾ ਉਹਦੀ ਦਿਖ ਰਹੀ ਹੈ ਵੀ ਇਸ ਗੱਲ ਨੂੰ ਝੁਠਲਾਉਣ ਦਾ ਯਤਨ ਕਰ ਰਿਹਾ। ਪਰ ਨਹੀਂ, ਗੁਰਮੁਖ ਪਿਆਰਿਓ, ਜਦੋਂ ਗਜਨੀ ਦੇ ਬਾਜ਼ਾਰ ਦੇ ਵਿੱਚ ਟਕੇ ਟਕੇ ਦੀ ਕੀਮਤ ਤੇ ਹਿੰਦੁਸਤਾਨ ਦੀ ਬਹੁ ਬੇਟੀਆਂ ਦਾ ਮੁੱਲ ਪਿਆ, ਉਦੋਂ ਕਿਹਨੇ ਉਹ ਮੰਡੀ ਬੰਦ ਕਰਾਈ, ਬੱਚਿਆਂ ਨੂੰ ਆਜ਼ਾਦ ਕਰਾਇਆ,
ਕਿਹੜੇ ਬ੍ਰਾਹਮਣ ਗਏ ਸੀ ਜੀ ਉੱਥੇ? ਗੁਰਮੁਖ ਪਿਆਰਿਓ, ਖਾਲਸਾ ਫੌਜ ਨੇ ਉਹ ਮੰਡੀ ਬੰਦ ਕਰਾਈ, ਬੱਚਿਆਂ ਨੂੰ ਉੱਥੋਂ ਆਜ਼ਾਦ ਕਰਾਇਆ। ਫਿਰ ਜਦੋਂ ਨਾਦਰ ਸ਼ਾਹ ਅਬਦਾਲੀ ਹਿੰਦੁਸਤਾਨ 'ਤੇ ਹਮਲਾ ਕਰਕੇ ਹਜ਼ਾਰਾਂ ਹੀ ਨੌਜਵਾਨ ਲੜਕੀਆਂ ਨੂੰ ਬੰਦੀ ਬਣਾ ਕੇ ਕਾਬਲ ਕੰਧਾਰ ਲਿਜਾ ਰਿਹਾ ਸੀ, ਤਾਂ ਕਿਹੜੇ ਬ੍ਰਾਹਮਣਾਂ ਨੇ ਛਡਾਇਆ ਸੀ ਜੀ? ਕੋਈ ਨਾਮ ਹੈ ਇਤਿਹਾਸ ਦੇ ਵਿੱਚ? ਬਾਬਾ ਦੀਪ ਸਿੰਘ ਜੀ ਦੀ ਅਗਵਾਈ ਦੇ ਹੇਠ ਗੁਰਮੁਖ ਪਿਆਰਿਓ, ਸਿੰਘਾਂ ਨੇ ਹਮਲਾ ਕਰਕੇ ਉਹਨਾਂ ਬੱਚਿਆਂ ਨੂੰ ਛਡਾਇਆ ਅਤੇ ਆਪਣੇ ਇੱਜ਼ਤ ਮਾਣ ਦੇ ਨਾਲ ਆਪੋ ਆਪਣੇ ਘਰ ਭੇਜਿਆ, ਬੱਚਿਆਂ ਨੂੰ ਛੱਡ ਕੇ ਆਏ। ਸੋ ਇਹ ਇਸ ਗੱਲ ਨੂੰ ਝੁਠਲਾਉਣ ਦਾ ਯਤਨ ਕਰ ਰਿਹਾ, ਪਰ ਝੁਠਲਾ ਨਹੀਂ ਸਕਦਾ। ਹੁਣ ਅੱਗੇ ਕੀ ਕਹਿ ਰਿਹਾ ਜੀ? ਖਾਲਸਾ ਪੰਥ ਕੀ ਸਥਾਪਨਾ ਕੇ ਸਮੇਂ ਬ੍ਰਾਹਮਣ ਹਿੰਦੂ ਖੱਤਰੀ ਆਗੇ ਆਏ ਥੇ। ਹੁਣ ਇਹਦਾ ਇਸ਼ਾਰਾ ਨਾ ਇੱਥੇ ਭਾਈ ਦਇਆ ਰਾਮ ਜੀ ਦੇ ਉੱਤੇ ਜਾ ਰਿਹਾ ਹੈ। ਪਹਿਲੇ ਪਿਆਰੇ ਭਾਈ ਦਇਆ ਸਿੰਘ ਜੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸੀਸ ਦੇਣ ਦੇ ਲਈ ਆਪਣਾ ਸੀਸ ਗੁਰੂ ਸਾਹਿਬ ਦੇ ਅੱਗੇ ਅਰੰਭ ਕੀਤਾ। ਸੋ ਗੁਰਮੁਖ ਪਿਆਰਿਓ, ਇਹ ਵੀ ਮੈਂ ਦੱਸ ਦਿਆਂ, ਭਾਈ ਦਇਆ ਰਾਮ ਜੀ ਲਾਹੌਰ ਦੇ ਰਹਿਣ ਵਾਲੇ ਖੱਤਰੀ ਜਾਤ ਨਾਲ ਸੰਬੰਧ ਰੱਖਦੇ ਸੀ। ਇਹ ਉਸ ਦਿਨ ਪਹਿਲੀ ਵਾਰ ਨਹੀਂ ਸਨ ਆਏ ਗੁਰੂ ਘਰ ਦੇ ਵਿੱਚ, ਜਦੋਂ ਗੁਰੂ ਸਾਹਿਬ ਨੇ ਸੀਸਾਂ ਦੀ ਮੰਗ ਕੀਤੀ, ਜਦੋਂ ਗੁਰੂ ਸਾਹਿਬ ਨੇ ਸੀਸ ਮੰਗੇ, ਸਿਰਾਂ ਦੀ ਮੰਗ ਕੀਤੀ। ਪਹਿਲੀ ਵਾਰ ਨਹੀਂ ਸਨ ਆਏ। ਸਨ 1677 ਈਸਵੀ ਦੇ ਗੁਰੂ ਦਰਬਾਰ ਦੇ ਵਿੱਚ ਰਹਿ ਰਹੇ ਸੀ ਭਾਈ ਦਇਆ ਰਾਮ ਜੀ। ਖਾਲਸਾ ਪੰਥ ਦੀ ਸਥਾਪਨਾ ਤੋਂ 22 ਸਾਲ ਪਹਿਲਾਂ ਭਾਈ ਦਇਆ ਰਾਮ ਜੀ ਗੁਰੂ ਸਾਹਿਬ ਦੇ ਕੋਲ ਰਹਿ ਰਹੇ ਸਨ, ਗੁਰੂ ਸਾਹਿਬ ਦੇ ਚਰਨਾਂ ਦੀ ਚਰਨਾਮਤ ਲੈ ਕੇ ਗੁਰੂ ਕੇ ਸਿੱਖ ਸਜੇ ਹੋਏ ਸਨ। ਬਾਅਦ ਵਿੱਚ ਫਿਰ ਅੰਮ੍ਰਿਤ ਛੱਕ ਕੇ ਦਇਆ ਰਾਮ ਤੋਂ ਦਇਆ ਸਿੰਘ ਬਣੇ, ਔਰ ਉਸ ਤੋਂ ਪਹਿਲਾਂ ਭੰਗਾਣੀ ਦੇ ਯੁੱਧ ਵਿੱਚ ਆਪਣੀ ਤਲਵਾਰ ਦੇ ਜੌਹਰ ਦਿਖਾਏ। ਇਹ ਬ੍ਰਾਹਮਣ ਦਾ ਕੰਮ ਨਹੀਂ ਤਲਵਾਰ ਚਲਾਉਣੀ, ਖੱਤਰੀ ਦਾ ਕੰਮ ਹੈ, ਜੋ ਕਿ ਪਹਿਲਾਂ ਹੀ ਧਣੀ ਸੀ ਤਲਵਾਰ ਦੇ, ਗੁਰੂ ਸਾਹਿਬ ਦੇ ਨਾਲ ਰਹਿ ਰਹੇ ਸੀ। ਇਹਨਾਂ ਦੇ ਪਿਤਾ ਜੀ, ਦਾਦਾ ਜੀ, ਉਹ ਵੀ ਗੁਰੂ ਘਰ ਦੇ ਨਾਲ ਹੀ ਜੁੜੇ ਹੋਏ ਸਨ। ਗੁਰਮੁਖ ਪਿਆਰਿਓ, ਇਹ ਲਿਖਣ ਵਾਲਾ ਆਪਣੇ ਹਿਸਾਬ ਦੇ ਨਾਲ ਲਿਖ ਰਿਹਾ। ਹੁਣ ਅੱਗੇ ਵੇਖੋ ਕੀ ਕਹਿ ਰਿਹਾ। ਕਹਿੰਦਾ, ਹਰ ਹਿੰਦੂ ਨੇ ਆਪਣੇ ਪਰਿਵਾਰ ਕਾ ਬੜਾ ਬੇਟਾ ਖਾਲਸਾ ਫੌਜ ਕੇ ਲੀਏ ਦੀਆ। ਸੰਗਤ ਜੀ, ਇੱਥੇ ਗੱਲ ਯਾਦ ਰੱਖਿਓ, ਦਿੱਤਾ ਕਿਸੇ ਨੇ ਨਹੀਂ, ਪਰ ਜਿਹੜੇ ਜਿਹੜੇ ਨੌਜਵਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਸਮਝ ਵਿੱਚ ਆਈ, ਆਪਣੇ ਹੱਕ ਤੇ ਸੱਚ ਦੇ ਲੜਨ ਦੇ ਲਈ ਉਹਨਾਂ ਦਾ ਜ਼ਮੀਰ ਜਾਗਿਆ, ਸੰਗਤ ਜੀ, ਉਹ ਬ੍ਰਾਹਮਣਾਂ ਦਾ ਖਹਿੜਾ ਛੱਡ ਕੇ ਦਸਵੇਂ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆਏ ਤੇ ਖਾਲਸਾ ਪੰਥ ਦੀ ਫੌਜ ਵਿੱਚ ਸ਼ਾਮਲ ਹੋਏ। ਦਿੱਤਾ ਕਿਸੇ ਨੇ ਨਹੀਂ ਸੀ। ਸੰਗਤ ਜੀ, ਖਿਆਲ ਰੱਖਿਓ, ਕਿਉਂਕਿ ਬ੍ਰਾਹਮਣਾਂ ਨੇ ਤਾਂ ਹਿੰਦੁਸਤਾਨ ਦਾ ਬੇੜਾ ਗਰਕ ਕੀਤਾ ਹੋਇਆ ਸੀ। ਜੋ ਦੁਨੀਆਂ ਭਰ ਦੇ ਵਹਿਮ ਭਰਮ, ਦੁਨੀਆਂ ਭਰ ਦੇ ਪਖੰਡ ਧਰਮ ਪੰਖ ਕਰ ਉਡਰਿਆ, ਧਰਮ ਦੇ ਨਾਂ ਦੇ ਉੱਤੇ ਇੰਨਾ ਪਖੰਡ ਗੁਰੂ ਸਾਹਿਬ ਦੇ ਸਮੇਂ ਦੇ ਉੱਤੇ ਇਹਨਾਂ ਬ੍ਰਾਹਮਣਾਂ ਨੇ ਫੈਲਾਇਆ ਹੋਇਆ ਸੀ, ਗੁਰੂ ਸਾਹਿਬ ਨੇ ਤਾਂ ਇਹਨਾਂ ਬ੍ਰਾਹਮਣਾਂ ਦੇ ਪਖੰਡਾਂ ਨੂੰ ਤਾਂ ਖਤਮ ਕੀਤਾ। ਇਹਨਾਂ ਦੇ ਚੁੰਗਲ ਚੋਂ ਬਚ ਕੇ ਜਿਨ੍ਹਾਂ ਦੇ ਜ਼ਮੀਰ ਜਾਗੇ, ਜਿਨ੍ਹਾਂ ਨੂੰ ਸਮਝ ਆਈ ਵੀ ਆਪਣੇ ਹੱਕ ਦੇ ਲਈ ਕਿਵੇਂ ਲੜਨਾ, ਤਾਂ ਉਹ ਗੁਰਮੁਖ ਪਿਆਰੇ, ਉਹ ਨੌਜਵਾਨ ਵੀਰ ਗੁਰੂ ਦੀ ਫੌਜ ਵਿੱਚ ਸ਼ਾਮਲ ਹੁੰਦੇ ਗਏ। ਦਿੱਤਾ ਕਿਸੇ ਨੇ ਨਹੀਂ। ਹੁਣ ਅਗਲਾ ਵੇਖੋ, ਇਹ ਇਤਿਹਾਸਕ ਤੱਥ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਕਰਮ ਸਿੰਘ ਹਿਸਟੋਰੀਅਨ, ਭਾਈ ਰਤਨ ਸਿੰਘ ਜੱਗੀ, ਭਾਈ ਵੀਰ ਸਿੰਘ, ਭਾਈ ਗਿਆਨੀ ਗਿਆਨ ਸਿੰਘ, ਇਹਨਾਂ ਦੇ ਇਤਿਹਾਸ ਪੜ੍ਹ ਕੇ ਵੇਖ ਲਓ ਗੁਰਮੁਖ ਪਿਆਰਿਓ, ਇਤਿਹਾਸ ਦੇ ਵਿੱਚੋਂ ਤੱਥ ਮਿਲਦੇ ਨੇ ਸਾਨੂੰ। ਹੁਣ ਅੱਗੇ ਕੀ ਲਿਖ ਰਿਹਾ? ਅੱਗੇ ਲਿਖ ਰਿਹਾ ਜੀ, ਏਕ ਔਰ ਜਹਾਂ ਮਰਾਠੇ ਲੜ ਰਹੇ ਥੇ, ਵਹਾਂ ਦੂਸਰੀ ਔਰ ਰਾਜਪੂਤੋਂ ਔਰ ਬ੍ਰਾਹਮਣੋਂ ਨੇ ਮੁਗਲੋਂ ਕੀ ਨਾਕ ਮੇਂ ਦਮ ਕੀਆ ਹੁਆ ਥਾ। ਦੇਖੋ ਕਿੰਨਾ ਝੂਠ ਲਿਖ ਰਿਹਾ ਸੰਗਤ ਜੀ। ਮੁਗਲਾਂ ਦੀ ਨੱਕ ਦੇ ਵਿੱਚ ਦਮ ਨਹੀਂ ਸੀ ਕੀਤਾ, ਇਹ ਸਗੋਂ ਜਿਹੜੇ ਰਾਜਪੂਤ ਪਹਾੜੀ ਰਾਜੇ ਸਨ ਨਾ, ਇਹ ਤਾਂ ਮੁਗਲਾਂ ਦੇ ਨਾਲ ਰਲ ਕੇ ਦੁਨੀਆਂ ਦੇ ਉੱਤੇ, ਸਮੇਂ ਦੀ ਪ੍ਰਜਾ ਦੇ ਉੱਤੇ, ਇਲਾਕੇ ਦੀ ਪ੍ਰਜਾ ਦੇ ਉੱਤੇ ਜ਼ੁਲਮ ਢਾ ਰਹੇ ਸਨ ਇਹ ਤਾਂ। ਹੁਣ ਇੱਕ ਗੱਲ ਹੋਰ ਯਾਦ ਰੱਖਿਓ, ਇਤਿਹਾਸ ਪੜ੍ਹ ਕੇ ਵੇਖ ਲਓ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਵਿੱਚ 14 ਜੰਗ ਗੁਰੂ ਸਾਹਿਬ ਨੇ ਲੜੇ, 14 ਜੰਗ, ਤੇ 14 ਦੇ ਵਿੱਚੋਂ ਸੰਗਤ ਜੀ
13 ਜੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਿੰਦੂ ਪਹਾੜੀ ਰਾਜਿਆਂ ਨਾਲ ਲੜੇ ਸੀ ਤੇ ਇੱਕ ਜੰਗ ਮੁਗਲਾਂ ਦੇ ਨਾਲ ਹੋਈ ਸੀ ਗੁਰੂ ਸਾਹਿਬ ਦੀ, 13 ਜੰਗ ਹਿੰਦੂ ਪਹਾੜੀ ਰਾਜਿਆਂ ਨਾਲ, ਇਹ ਕਿਉਂ ਬਈ? ਕਿਉਂਕਿ ਗੁਰਮੁਖ ਪਿਆਰਿਓ, ਇਹਨਾਂ ਪਹਾੜੀ ਰਾਜਿਆਂ ਨੇ ਜ਼ੁਲਮ ਦੀ ਅੱਤ ਚੱਕੀ ਹੋਈ ਸੀ, ਜ਼ੁਲਮ ਦੀ ਅੱਤ ਚੱਕੀ ਹੋਈ ਸੀ। ਗੁਰੂ ਸਾਹਿਬ ਨੇ ਇਹਨਾਂ ਦੇ ਜ਼ੁਲਮ ਨੂੰ ਖਤਮ ਕਰਨ ਦੇ ਲਈ 13 ਜੰਗਾਂ ਇਹਨਾਂ ਦੇ ਨਾਲ ਲੜੀਆਂ, ਇੱਕ ਜੰਗ ਕੇਵਲ ਮੁਗਲਾਂ ਦੇ ਖਿਲਾਫ ਲੜੀ। ਤੇ ਇਹ ਤੁਸੀਂ, ਇਹ ਲਿਖਣ ਵਾਲਾ ਕਹਿੰਦਾ ਵੀ ਹਿੰਦੂਆਂ ਨੇ, ਬ੍ਰਾਹਮਣਾਂ ਨੇ ਮੁਗਲਾਂ ਦੀ ਨੱਕ 'ਚ ਦਮ ਕੀਤਾ ਸੀ, ਨਹੀਂ ਗੁਰਮੁਖ ਪਿਆਰਿਓ, ਇਹ ਤਾਂ ਵਜ਼ੀਰੀਆਂ ਲੈਣ ਦੇ ਖਾਤਰ, ਗੱਦੀਆਂ ਲੈਣ ਦੇ ਖਾਤਰ ਉਹਨਾਂ ਦੇ ਨਾਲ ਰਲੇ ਹੋਏ ਸਨ। ਤੇ ਗੁਰੂ ਸਾਹਿਬ ਨੇ ਇਹਨਾਂ ਦੇ ਜ਼ੁਲਮ ਨੂੰ ਖਤਮ ਕਰਨ ਲਈ ਇਹਨਾਂ ਨਾਲ ਜੰਗ ਲੜਿਆ। ਹੁਣ ਅੱਗੇ ਵੇਖੋ ਕੀ ਲਿਖਦਾ ਜੀ, ਹੁਣ ਅੱਗੇ ਲਿਖਦਾ ਜੀ, ਜਬ ਪਹਿਲੀ ਖਾਲਸਾ ਫੌਜ ਬਣੀ ਤਬ ਉਸਕਾ ਨੇਤ੍ਰਿਤਵ ਏਕ ਬ੍ਰਾਹਮਣ ਭਾਈ ਪ੍ਰਯਾਗ ਦਾਸ ਜੀ ਕੇ ਹੱਥ ਮੇਂ ਥਾ। ਏਕ ਬ੍ਰਾਹਮਣ ਭਾਈ ਪ੍ਰਯਾਗ ਦਾਸ ਜੀ, ਮੈਂ ਪੁੱਛਾਂ ਇਸ ਲਿਖਣ ਵਾਲੇ ਨੂੰ ਵੀ ਬ੍ਰਾਹਮਣ ਨੇ ਤਲਵਾਰ ਚਲਾਉਣੀ ਕਦੋਂ ਸਿੱਖੀ, ਸ਼ਸਤਰ ਚਲਾਉਣਾ ਕਦੋਂ ਸਿੱਖਿਆ? ਬ੍ਰਾਹਮਣ ਦਾ ਕੰਮ ਤਾਂ ਕੇਵਲ ਸ਼ਾਸਤਰ ਪੜ੍ਹਨਾ ਸੀ, ਕੇਵਲ ਵੇਦਾਂ ਨੂੰ ਪੜ੍ਹਨਾ ਸੀ, ਸੰਸਕ੍ਰਿਤ ਪੜ੍ਹਨੀ ਤੇ ਪੜ੍ਹਾਉਣੀ ਬ੍ਰਾਹਮਣ ਦਾ ਕੰਮ ਸੀ, ਸ਼ਸਤਰ ਚਲਾਉਣੇ ਕਦੋਂ ਤੂੰ ਸਿੱਖ ਲਏ ਉਹਨੇ? ਮੈਨੂੰ ਸਮਝ ਨਹੀਂ ਆ ਰਹੀ। ਸ਼ਸਤਰ ਚਲਾਉਣ ਦਾ ਕੰਮ ਕੇਵਲ ਵੀਰ ਛੱਤਰੀ ਦੇ ਹੱਥ ਵਿੱਚ ਆਇਆ ਸੀ, ਸੂਰਬੀਰ ਯੋਧਿਆਂ ਦੇ ਵਿੱਚ। ਤੇ ਇਹ ਸੰਗਤ ਜੀ ਹਰੇਕ ਦੇ ਨਾਮ ਦੇ ਅੱਗੇ ਬ੍ਰਾਹਮਣ ਲਿਖ ਕੇ ਬਸ ਉਹਨੂੰ ਹਿੰਦੂ ਸਾਬਤ ਕਰਨ ਦੇ ਯਤਨ ਕਰ ਰਹੇ ਆ। ਪਰ ਮੈਂ ਬੇਨਤੀ ਕਰਾਂ, ਪੀੜ੍ਹੀ ਦਰ ਪੀੜ੍ਹੀ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੁੜਦੇ ਆਏ ਗੁਰੂ ਕੇ ਸਿੱਖ, ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰ ਚੁੱਕਾ, ਜਿਨ੍ਹਾਂ ਦੇ ਜ਼ਮੀਰ ਜਾਗੇ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਸਨ, ਪਰ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੁੜ ਕੇ ਸਿੰਘ ਸਜੇ, ਗੁਰੂ ਸਾਹਿਬ ਦੀ ਫੌਜ ਵਿੱਚ ਸ਼ਾਮਲ ਹੋਏ, ਜਿਨ੍ਹਾਂ ਦੇ ਜ਼ਮੀਰ ਜਾਗੇ। ਸੋ ਅੱਗੇ ਕੀ ਲਿਖਦਾ ਜੀ, ਹੁਣ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲ ਦਾਸ ਜੀ ਜੈਸੇ ਵੀਰ ਸ਼ਹੀਦ ਬ੍ਰਾਹਮਣ ਖਾਲਸਾ ਫੌਜ ਕੇ ਸੈਨਾ ਨਾਇਕ ਥੇ। ਹੁਣ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਸੰਗਤ ਜੀ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸ਼ਹਾਦਤ ਦਿੱਤੀ, ਹੁਣ ਉਹਨਾਂ ਨੂੰ ਕਹਿ ਰਿਹਾ ਵੀ ਇਹ, ਉਹ ਵੀ ਵੀਰ ਬ੍ਰਾਹਮਣ ਸੀ, ਉਹਨਾਂ ਨੂੰ ਵੀ ਬ੍ਰਾਹਮਣ ਦੱਸ ਰਿਹਾ। ਪਰ ਇਤਿਹਾਸ ਪੜ੍ਹ ਕੇ ਵੇਖ ਲਈਏ, ਭੱਟ ਬਈਆਂ ਦੇ ਵਿੱਚ ਸੰਗਤ ਜੀ, ਇਹਨਾਂ ਦੇ ਸਾਰੇ ਖਾਨਦਾਨ ਬਾਰੇ ਲਿਖਿਆ ਹੋਇਆ, ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ, ਇਹਨਾਂ ਦੇ ਜਿਹੜਾ ਪਿਛੋਕੜ ਸੀ, ਭਾਈ ਹੀਰਾਨੰਦ ਦੇ ਪੁੱਤਰ ਸਨ, ਤੇ ਹੀਰਾਨੰਦ ਸੀ ਭਾਈ ਦੁਆਰਕਾ ਦਾਸ ਦਾ ਪੁੱਤਰ, ਤੇ ਭਾਈ ਦੁਆਰਕਾ ਦਾਸ ਭਾਈ ਪਿਰਾਗਾ ਜੀ ਦਾ ਪੁੱਤਰ ਸੀ, ਤੇ ਭਾਈ ਪਿਰਾਗਾ ਜੀ ਗੁਰੂ ਅਰਜਨ ਦੇਵ ਜੀ ਦਾ ਅਨਿੰਨ ਸਿੱਖ ਸੀ। ਗੁਰੂ ਅਰਜਨ ਦੇਵ ਜੀ ਦੇ ਟਾਈਮ ਤੇ ਭਾਈ ਪਿਰਾਗੇ ਨੇ ਸਿੱਖੀ ਧਾਰਨ ਕੀਤੀ। ਭਾਈ ਗੁਰਦਾਸ ਜੀ ਆਪਣੀ 11ਵੀਂ ਵਾਰ ਦੀ 18ਵੀਂ ਪੌੜੀ ਦੇ ਵਿੱਚ ਭਾਈ ਪਿਰਾਗੇ ਦਾ ਜ਼ਿਕਰ ਕਰ ਰਹੇ ਨੇ ਕਿ ਪੁਰਖ ਪਿਰਾਗਾ ਸ਼ਬਦ ਅਰਾਧਾ, ਕਹਿੰਦੇ ਵੀ ਪੁਰਖ ਪਿਰਾਗੇ ਨੇ ਸ਼ਬਦ ਦੀ ਅਰਾਧਨਾ ਕੀਤੀ ਤੇ ਗੁਰੂ ਸਾਹਿਬ ਦੇ ਪ੍ਰੇਮ ਦਾ ਪਾਤਰ ਬਣਿਆ, ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋਇਆ। ਉੱਥੋਂ ਹੀ ਫਿਰ ਅੱਗੇ ਦੀ ਅੱਗੇ ਕੋਲ ਦਰ ਕੋਲ ਚੱਲਦੀ ਆਈ। ਗੁਰੂ ਘਰ ਦੇ ਸੇਵਕ, ਇਹਨਾਂ ਦੇ ਪਿਤਾ, ਦਾਦਾ, ਪੜਦਾਦਾ, ਸਾਰਾ ਖਾਨਦਾਨ ਹੀ ਗੁਰੂ ਘਰ ਦਾ ਸੇਵਕ ਸੀ, ਤੇ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਜਿਹੜੇ ਗੁਰੂ ਘਰ ਦੇ ਅਨਿੰਨ ਸੇਵਕ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸ਼ਹਾਦਤ ਪਾਈ, ਉਹ ਕਿਸੇ ਵੀ ਫੌਜ ਦੇ ਸੈਨਾਪਤੀ ਨਹੀਂ ਸਨ। ਗੁਰਮੁਖ ਪਿਆਰਿਓ, ਫੌਜਾਂ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਕੀਤੀਆਂ, ਜਾਂ ਫਿਰ 6ਵੇਂ ਜਾਮੇ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਫੌਜਾਂ ਤਿਆਰ ਕੀਤੀਆਂ ਸੀ। ਉਸ ਤੋਂ ਬਾਅਦ ਸ਼ਾਂਤਮਈ ਮਾਹੌਲ ਦੇ ਵਿੱਚ ਗੁਰੂ ਸਾਹਿਬ ਚੱਲਦੇ ਰਹੇ, ਤਾਂ ਇਹ ਜਦੋਂ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ ਤਾਂ ਉਦੋਂ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਨੇ ਗੁਰੂ ਸਾਹਿਬ ਜੀ ਤੋਂ ਪਹਿਲਾਂ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਕਿ ਗੁਰੂ ਸਾਹਿਬ ਕਿਤੇ ਸ਼ਾਇਦ ਡਰ ਜਾਣ ਵੀ ਮੇਰੇ ਤੋਂ ਪਹਿਲਾਂ ਸਿੱਖਾਂ ਨੂੰ ਇੰਨੀ ਬੇਰਹਿਮੀ ਨਾਲ ਸ਼ਹੀਦ ਕਰ ਰਹੇ ਨੇ, ਤਸੀਹੇ ਦੇ ਕੇ
ਵੀ ਕਿਤੇ ਗੁਰੂ ਡੋਲ ਜਾਏ, ਪਰ ਨਹੀਂ ਗੁਰਮੁਖ ਪਿਆਰਿਓ, ਨਾ ਗੁਰੂ ਡੋਲਿਆ ਤੇ ਨਾ ਗੁਰੂ ਦੇ ਸਿੱਖ ਡੋਲੇ, ਤੇ ਲਿਖਣ ਵਾਲਾ ਇਹਨਾਂ ਨੂੰ ਵੀ ਬ੍ਰਾਹਮਣ ਲਿਖ ਰਿਹਾ ਜੀ। ਹੁਣ ਅੱਗੇ ਵੇਖੋ ਕੀ ਕਹਿ ਰਿਹਾ, ਅੱਗੇ ਲਿਖ ਰਿਹਾ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਜੀ ਕੋ ਸਿੰਘ ਸ਼ਬਦ ਕਿਤੇ ਨਹੀਂ ਵਰਤ ਰਿਹਾ। ਦੇਖੋ ਇਹਦੀ ਭਾਵਨਾ ਕਿੱਥੇ, ਸਿੰਘ ਸ਼ਬਦ ਵਰਤ ਹੀ ਨਹੀਂ ਰਿਹਾ ਕਿਤੇ। ਗੁਰੂ ਗੋਬਿੰਦ ਜੀ ਕੋ ਸ਼ਸਤਰੋਂ ਕੀ ਸਿਕਸ਼ਾ ਦੇਣੇ ਵਾਲੇ ਪੰਡਿਤ ਕਿਰਪਾ ਦੱਤ ਜੀ ਵੀ ਏਕ ਬ੍ਰਾਹਮਣ ਥੇ, ਉਹਨਾਂ ਨੂੰ ਵੀ ਬ੍ਰਾਹਮਣ ਲਿਖ ਦਿੱਤਾ ਇਹਨੇ। ਗੁਰੂ ਗੋਬਿੰਦ ਸਿੰਘ ਜੀ ਨੂੰ ਜਿਨ੍ਹਾਂ ਨੇ ਸ਼ਸਤਰਾਂ ਦੀ ਵਿੱਦਿਆ ਸਿਖਾਈ, ਉਹ ਵੀ ਬ੍ਰਾਹਮਣ ਸੀ, ਇਹ ਲਿਖ ਰਿਹਾ ਜੀ। ਹੁਣ ਅੱਗੇ ਕੀ ਕਹਿ ਰਿਹਾ, ਅੱਗੇ ਲਿਖ ਰਿਹਾ ਜੀ, ਜਬ 40 ਮੁਕਤੇ ਮੈਦਾਨ ਛੋੜ ਕਰ ਭਾਗੇ, ਤਬ ਏਕ ਬੈਰਾਗੀ ਬ੍ਰਾਹਮਣ ਲਛਮਣ ਦਾਸ ਜੀ ਉਰਫ ਬੰਦਾ ਬਹਾਦਰ ਜੀ ਔਰ ਉਨਕਾ 14 ਸਾਲ ਕਾ ਬੇਟਾ ਅਜੇ ਭਾਰਦਵਾਜ ਨੇ ਗੁਰੂ ਜੀ ਕੇ ਪਰਿਵਾਰ ਕੀ ਰਕਸ਼ਾ ਕੇ ਲਈ ਸਰਹੰਦ ਮੇ ਲੜੇ। ਇਹ ਤਾਂ ਪੜ੍ਹ ਕੇ ਨਾ ਥੋੜ੍ਹਾ ਜਿਹਾ ਉਹਦੇ 'ਤੇ ਲਿਖਣ ਵਾਲੇ ਦੇ ਉੱਤੇ ਤਰਸ ਵੀ ਆ ਰਿਹਾ ਅਤੇ ਹਾਸਾ ਵੀ ਆ ਰਿਹਾ ਵੀ ਕਿੱਦਾਂ ਲਿਖ ਰਿਹਾ, ਕੀ ਸੋਚ ਕੇ ਲਿਖ ਰਿਹਾ। ਕਹਿੰਦਾ ਵੀ ਜਬ 40 ਮੁਕਤੇ ਮੈਦਾਨ ਛੋੜ ਕੇ ਭਾਗੇ ਥੇ, ਤਬ ਏਕ ਬ੍ਰਾਹਮਣ ਲਛਮਣ ਦਾਸ ਜੀ ਉਰਫ ਬੰਦਾ ਜੀ, ਬੰਦਾ ਬਹਾਦਰ ਜੀ ਸਾਹਮਣੇ ਆਏ। ਇਤਿਹਾਸ ਹੀ ਸਾਰਾ ਵਿਗਾੜ ਦਿੱਤਾ, ਸਾਰੇ ਹੀ ਗਲਤ ਕਰ ਦਿੱਤਾ। ਸੰਗਤ ਜੀ, ਜਦੋਂ 40 ਮੁਕਤੇ ਗੁਰੂ ਸਾਹਿਬ ਜੀ ਦਾ ਸਾਥ ਛੱਡ ਕੇ ਗਏ ਸੀ ਤੇ ਫਿਰ ਕੌਣ ਸਾਹਮਣੇ ਆਇਆ ਸੀ? ਝਾਂਸੀ ਦੀ ਰਾਣੀ ਨੂੰ ਤਾਂ ਤੁਸੀਂ ਬੜਾ ਜਾਣਦੇ ਹੋ, ਬੜਾ ਪ੍ਰਚਾਰ ਕਰਦੇ ਹੋ, ਬੜੀ ਯੋਧੇ ਦਾ ਬੜੀ ਸੂਰਬੀਰ ਔਰਤ ਹੋਈ ਹੈ ਝਾਂਸੀ ਦੀ ਰਾਣੀ, ਪਰ ਕਦੀ ਮਾਈ ਭਾਗੋ ਦਾ ਵੀ ਜ਼ਿਕਰ ਕੀਤਾ ਕਿਤੇ, ਸੁਣਿਆ ਕਿਤੇ ਮਾਈ ਭਾਗੋ ਦਾ ਜ਼ਿਕਰ? ਸੰਗਤ ਜੀ, ਇਹਨਾਂ 40 ਨੂੰ ਲਾਂਤਾਂ ਪਾਈਆਂ ਮਾਈ ਭਾਗੋ ਨੇ ਤੇ ਹੱਥ ਵਿੱਚ ਖੰਡਾ ਫੜ ਕੇ ਮਾਈ ਭਾਗੋ ਗੁਰੂ ਸਾਹਿਬ ਦੇ ਸਾਹਮਣੇ ਮਹਾਰਾਜ ਜੀ ਦੀ ਫੌਜ ਦੇ ਵਿੱਚ ਸ਼ਾਮਲ ਹੋਈ ਵੀ ਮਹਾਰਾਜ ਮੈਂ ਲੜਾਂਗੀ ਜੰਗ, ਤੇ ਮਾਈ ਭਾਗੋ ਨੇ ਫਿਰ ਇਹਨਾਂ ਨੂੰ ਲਾਂਤਾਂ ਪਾਈਆਂ। ਫਿਰ ਸੰਗਤ ਜੀ, ਮੁਕਤਸਰ ਦੀ ਧਰਤੀ ਦੇ ਉੱਤੇ ਜਦੋਂ ਜੰਗ ਚੱਲ ਰਹੀ ਸੀ, ਇਹ 40 ਦੇ 40 ਫਿਰ ਭਾਈ ਮਾਨ ਸਿੰਘ ਦੀ ਅਗਵਾਈ ਦੇ ਵਿੱਚ ਉਸ ਜੰਗ ਦੇ ਵਿੱਚ ਸ਼ਾਮਲ ਹੋਏ ਤੇ ਉੱਥੇ ਇਹਨਾਂ ਨੇ ਸ਼ਹੀਦੀਆਂ ਪਾਈਆਂ ਤੇ ਗੁਰੂ ਸਾਹਿਬ ਨੇ ਫਿਰ ਇਹਨਾਂ ਨੂੰ ਮਾਫ਼ ਵੀ ਕਰ ਦਿੱਤਾ। ਇਤਿਹਾਸ ਤਾਂ ਇਹ ਹੈ। ਤੇ ਲਛਮਣ ਦਾਸ ਬੰਦਾ ਸਿੰਘ ਬਹਾਦਰ ਦੀ ਜੇ ਗੱਲ ਕਰੀਏ, ਉਹ ਤਾਂ 1704 ਈਸਵੀ ਤੋਂ ਬਾਅਦ ਉਹ ਤਾਂ ਨੰਦੇੜ ਦੀ ਧਰਤੀ ਤੇ ਗੁਰੂ ਸਾਹਿਬ ਨੂੰ ਮਿਲਦਾ ਜੀ। ਹੁਣ ਇੱਥੇ ਇੱਕ ਗੱਲ ਹੋਰ ਯਾਦ ਰੱਖਣ ਵਾਲੀ, ਸੁਣਨ ਵਾਲੀ ਗੱਲ ਜੇ, ਇੱਥੇ ਬੰਦਾ ਬਹਾਦਰ ਨੂੰ, ਲਛਮਣ ਦਾਸ ਨੂੰ ਇਹ ਬ੍ਰਾਹਮਣ ਲਿਖ ਰਿਹਾ। ਹੁਣ ਇਤਿਹਾਸ ਪੜ੍ਹ ਕੇ ਵੇਖੋ ਸੰਗਤ ਜੀ, ਬੰਦਾ ਸਿੰਘ ਬਹਾਦਰ ਦਾ ਜਦੋਂ ਇਤਿਹਾਸ ਪੜ੍ਹਦੇ ਆ ਨਾ, ਉਦੋਂ ਪਤਾ ਲੱਗ ਜਾਂਦਾ ਵੀ ਇਹ ਕੌਣ ਸੀ। ਇਹ ਰਾਜਪੂਤ ਘਰਾਣੇ ਦਾ ਪੁੱਤਰ ਸੀ, ਰਾਜਕੁਮਾਰ ਸੀ, ਲਛਮਣ ਦਾਸ ਇਹਦਾ ਨਾਮ ਸੀ, ਤੇ ਸ਼ਸਤਰ ਲੈ ਕੇ ਜੰਗਲ 'ਚ ਗਿਆ ਸ਼ਿਕਾਰ ਖੇਡਣ। ਤੇ ਮੈਂ ਫਿਰ ਉਹੀ ਸਵਾਲ ਵੀ ਬ੍ਰਾਹਮਣ ਸ਼ਿਕਾਰ ਖੇਡਣ ਜਾਂਦੇ ਸੀ ਕਿ ਰਾਜਪੂਤ ਛੱਤਰੀ ਜਾਂਦੇ ਸੀ ਸ਼ਿਕਾਰ ਖੇਡਣ? ਬ੍ਰਾਹਮਣ ਦਾ ਕੰਮ ਤਾਂ ਸ਼ਸਤਰ ਪੜ੍ਹਨਾ ਸੀ, ਸ਼ਸਤਰ ਚਲਾਉਣਾ ਨਹੀਂ ਸੀ। ਇਹ ਉਹਨੂੰ ਵੀ ਬ੍ਰਾਹਮਣ ਲਿਖ ਰਿਹਾ। ਤੇ ਇਹ ਗਿਆ ਜੀ ਸ਼ਿਕਾਰ ਖੇਡਣ, ਉੱਥੇ ਹਿਰਨੀ ਦਾ ਸ਼ਿਕਾਰ ਕੀਤਾ ਤੇ ਉਹਦੇ ਬੱਚੇ ਸਨ ਦੋ ਵਿਚਾਰੀ ਦੇ, ਉਹ ਮਰ ਗਏ ਢਿੱਡ ਚੋਂ ਨਿਕਲ ਕੇ। ਤੇ ਇਹਨੂੰ ਦੇਖ ਕੇ ਬੜਾ ਦੁੱਖ ਲੱਗਾ ਤੇ ਇਸ ਲਛਮਣ ਦਾਸ ਨੇ ਘਰ ਬਾਰੀ ਛੱਡ ਕੇ ਨਾ ਵਿਰਾਗ ਧਾਰਨ ਕਰ ਲਿਆ ਤੇ ਕਿਸੇ ਵਿਰਾਗੀ ਸਾਧੂਆਂ ਨਾਲ ਰਲ ਗਿਆ ਤੇ ਇਹਦਾ ਨਾਮ ਉਦੋਂ ਪੈ ਗਿਆ ਫਿਰ ਮਾਧੋ ਦਾਸ ਵਿਰਾਗੀ। ਫਿਰ ਇਹਨੇ ਜਪ ਤਪ ਕੀਤਾ, ਰਿਧੀਆਂ ਸਿੱਧੀਆਂ ਹਾਸਲ ਕਰ ਲਈਆਂ ਨੰਦੇੜ ਦੀ ਧਰਤੀ ਤੇ ਉੱਥੇ ਡੇਰਾ ਬਣਾ ਕੇ ਬਹਿ ਗਿਆ ਤੇ ਉੱਥੇ ਫਿਰ ਰਿਧੀਆਂ ਸਿੱਧੀਆਂ ਦੇ ਜ਼ੋਰ ਦੇ ਵਿੱਚ ਦੁਨੀਆਂ ਨੂੰ ਆਪਣੇ ਪਿੱਛੇ ਲਾਈ ਜਾਵੇ, ਆਪਣੇ ਹੰਕਾਰ ਦੇ ਵਿੱਚ ਬਸ ਆਪਣੀਆਂ ਸ਼ਕਤੀਆਂ ਦੇ ਕਾਰਨ ਲੋਕਾਂ ਨੂੰ ਆਪਣੇ ਪਿੱਛੇ ਲਾਇਆ ਹੋਇਆ ਸੀ, ਇਹਨੇ ਤੰਗ ਕਰਦਾ ਸੀ ਲੋਕਾਂ ਨੂੰ ਸ਼ਕਤੀਆਂ ਨਾਲ। ਇਹ ਮਾਧੋ ਦਾਸ ਬੈਰਾਗੀ ਜਦੋਂ 10ਵੇਂ ਪਾਤਸ਼ਾਹ ਪਹੁੰਚੇ ਉੱਥੇ ਇਹਦੇ ਪਲੰਗ ਤੇ ਬੈਠੇ, ਬੜਾ ਇਹਨੇ ਜ਼ੋਰ ਲਾਇਆ ਵੀ ਮੈਂ ਪਲੰਗ ਉਲਟਾ ਦਿਆਂ ਸ਼ਕਤੀਆਂ ਦੇ ਨਾਲ, ਪਰ ਨਹੀਂ ਸੀ ਉਲਟਾ ਸਕਿਆ
ਫਿਰ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਗਿਆ। ਮਹਾਰਾਜ ਨੇ ਪੁੱਛਿਆ, ਤੂੰ ਕੌਣ ਹੈ? ਕਹਿਣ ਲੱਗਾ, ਜੀ ਮੈਂ ਤੁਹਾਡਾ ਬੰਦਾ। ਬੰਦੇ ਦਾ ਅਰਥ ਹੈ ਸੇਵਕ। ਗੁਰੂ ਸਾਹਿਬ, ਮੈਨੂੰ ਆਪਣੇ ਚਰਨੀ ਲਾ ਲਓ। ਤਾਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਬੈਰਾਗੀ ਨੂੰ ਖੰਡੇ ਬਾਟੇ ਦੀ ਪੌਲ ਛਕਾ ਕੇ ਗੁਰਬਖਸ਼ ਸਿੰਘ ਨਾਮ ਦਿੱਤਾ। ਗੁਰਬਖਸ਼ ਸਿੰਘ ਨਾਮ ਦਿੱਤਾ, ਬੰਦਾ ਇਹਨੂੰ ਤਖਲੁਸ ਦਿੱਤਾ, ਬਹਾਦਰ ਦਾ ਬਾਅਦ ਵਿੱਚ ਇਹਨੂੰ ਖਿਤਾਬ ਮਿਲਿਆ। ਉੱਥੋਂ ਇਹਦਾ ਨਾਮ ਪ੍ਰਚਲਿਤ ਹੋ ਗਿਆ, ਬੰਦਾ ਸਿੰਘ ਬਹਾਦਰ। ਹੁਣ ਇੱਥੇ ਬੰਦਾ ਬਹਾਦਰ ਜੀ ਬ੍ਰਾਹਮਣ ਏਦਾਂ ਲਿਖ ਰਿਹਾ ਲਿਖਣ ਵਾਲਾ, ਸਿੰਘ ਤਾਂ ਸ਼ਬਦ ਵਿੱਚੋਂ ਕੱਢ ਹੀ ਦਿੱਤਾ ਇਹਨੇ ਲਿਖਣ ਵਾਲੇ ਨੇ। ਕਿੰਨੀ ਹੀਣ ਭਾਵਨਾ ਇਸ ਦੀ ਇਹਦੇ ਵਿੱਚੋਂ ਜ਼ਾਹਰ ਹੋ ਰਹੀ ਹੈ। ਸੋ ਫਿਰ ਇਹ ਲਿਖ ਰਿਹਾ ਜੀ, ਉਹਨਾਂ ਦੇ 14 ਸਾਲ ਦੇ ਬੱਚੇ ਅਜੇ ਭਾਰਦਵਾਜ ਨੇ ਜੰਗ ਦੇ ਵਿੱਚ ਹਿੱਸਾ ਲਿਆ। ਅਜੇ ਭਾਰਦਵਾਜ, ਮੈਨੂੰ ਪੁੱਛਾਂ ਵੀ ਅਜੇ ਭਾਰਦਵਾਜ ਕਿੱਥੋਂ ਬਣ ਗਿਆ ਜੀ? ਬੰਦਾ ਸਿੰਘ ਬੈਰਾਗੀ ਦਾ, ਬੰਦਾ ਸਿੰਘ ਬਹਾਦਰ ਦਾ ਪੁੱਤਰ ਅਜੇ ਭਾਰਦਵਾਜ ਕਿਹਨੇ ਨਾਂ ਦੇਤਾ? ਇਹ ਇਹਦੀ ਹੀਣ ਭਾਵਨਾ ਸੰਗਤ ਜੀ, ਸਾਰਾ ਤੋੜ ਮਰੋੜ ਕੇ ਇਹ ਪ੍ਰਚਾਰ ਕਰਨ ਦਾ ਯਤਨ ਕਰ ਰਹੇ ਨੇ ਏਜੰਸੀਆਂ ਦੇ ਲੋਕ। ਤੇ 14 ਸਾਲ ਦਾ ਤਾਂ ਸੰਗਤ ਜੀ ਹੋਏ ਨਹੀਂ ਸੀ, ਇਤਿਹਾਸ ਪੜ੍ਹ ਕੇ ਵੇਖੋ, 4 ਸਾਲ ਦੀ ਉਮਰ ਦੇ ਵਿੱਚ ਭਾਈ ਬੰਦਾ ਸਿੰਘ ਬਹਾਦਰ ਦੇ ਪੁੱਤਰ ਨੂੰ ਉਹਨਾਂ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਸੀ। 4 ਸਾਲ ਦੀ ਉਮਰ ਦੇ ਵਿੱਚ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਅਜੇ ਸਿੰਘ ਨੂੰ, ਅਜੇ ਸਿੰਘ ਨਾਮ ਸੀ ਉਹਨਾਂ ਦਾ, ਤੇ ਇਹ ਲਿਖ ਰਿਹਾ ਅਜੇ ਭਾਰਦਵਾਜ, ਹਿੰਦੂ ਜੋ ਸਾਬਤ ਕਰਨਾ ਸੰਗਤ ਜੀ। ਸੋ ਇਹ ਇਹਦੀ ਹੀਣ ਭਾਵਨਾ ਸਾਹਮਣੇ ਆ ਰਹੀ ਹੈ। ਸੋ ਗੁਰਮੁਖ ਪਿਆਰੇ, ਹੁਣ ਇੱਕ ਲਾਈਨ ਹੋਰ ਲਿਖ ਰਿਹਾ ਇਹਦੇ ਵਿੱਚ, 1906 ਖਾਲਸਾ ਪੰਥ ਸਿੱਖ ਧਰਮ ਬਣਾ। ਇਹ ਪਤਾ ਨਹੀਂ, ਮੈਨੂੰ ਵੀ ਨਹੀਂ ਸਮਝ ਆ ਰਹੀ ਵੀ ਕੀ ਲਿਖ ਰਿਹਾ, ਖਾਲਸਾ ਪੰਥ ਸਿੱਖ ਧਰਮ ਬਣਾ 1906 ਮੇ, ਪਤਾ ਨਹੀਂ ਕੀ ਲਿਖ ਰਿਹਾ, ਤਾਂ ਸਮਝ ਹੀ ਨਹੀਂ ਆ ਰਿਹਾ, ਕੋਈ ਤੱਥ ਹੀ ਨਹੀਂ ਬਣਦਾ। ਤੋ ਅੱਗੇ ਕੀ ਲਿਖ ਰਿਹਾ, ਅਕਾਲੀ ਲਹਿਰ ਚਲਾ ਕਰ ਕੁਛ ਲੋਕਾਂ ਨੇ ਹਿੰਦੂ ਧਰਮ ਇਸ ਕੋ, ਅੱਗੇ ਕੀ ਲਿਖ ਰਿਹਾ ਕਿ ਅਕਾਲੀ ਲਹਿਰ ਚਲਾ ਕਰ ਉਸੇ ਹਿੰਦੂ ਧਰਮ ਸੇ ਕੁਛ ਲੋਕਾਂ ਨੇ ਅਲੱਗ ਕਰ ਦਿਆ। ਵੀ ਅਕਾਲੀ ਲਹਿਰ ਚਲਾਈ ਵੀ ਹਿੰਦੂਆਂ ਤੋਂ ਫਿਰ ਇਹਨਾਂ ਨੂੰ ਵੱਖ ਕਰ ਦਿੱਤਾ। ਨਹੀਂ ਗੁਰਮੁਖ ਪਿਆਰਿਓ, ਉਹ ਗੁਰੂ ਸਾਹਿਬ ਨੇ ਤਾਂ ਆਪਣੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਤਾਂ ਜਦੋਂ ਜਨੇਊ ਨਹੀਂ ਪਾਇਆ ਸੀ ਉਦੋਂ ਹੀ ਵੱਖ ਤੁਰ ਪਏ ਸੀ ਗੁਰੂ ਸਾਹਿਬ, ਗੁਰੂ ਨਾਨਕ ਦੇਵ ਮਹਾਰਾਜ ਜੀ ਉਦੋਂ ਹੀ ਵੱਖ ਤੁਰ ਪਏ ਸੀ। ਸੰਗਤ ਜੀ, ਹਿੰਦੂ ਸਿੱਖ ਭਾਈਚਾਰਕ ਸਾਂਝ ਉਹ ਬਣੀ ਰਹੇ ਇਸੇ ਤਰ੍ਹਾਂ, ਉਹ 'ਚ ਕੋਈ ਮਾੜੀ ਗੱਲ ਨਹੀਂ, ਪਰ ਸਿਧਾਂਤ ਦੇ ਉੱਤੇ ਸੱਟ ਮਾਰਨੀ ਇਹ ਬੜੀ ਦੁੱਖ ਦੀ ਗੱਲ ਹੈ। ਸੋ ਗੁਰਮੁਖ ਪਿਆਰਿਓ, ਜਿਹੜੀ ਅਕਾਲੀ ਲਹਿਰ ਦੀ ਗੱਲ ਕਰ ਰਿਹਾ ਵੀ ਹਿੰਦੂਆਂ ਤੋਂ ਵੱਖ ਕੀਤਾ, ਹਿੰਦੂਆਂ ਤੋਂ ਵੱਖ ਨਹੀਂ ਕੀਤਾ ਸੰਗਤ ਜੀ, ਉਸ ਸਮੇਂ ਨਾ ਹਿੰਦੂ ਗੁਰਦੁਆਰਿਆਂ ਦੇ ਵਿੱਚ ਬੈਰਾਗੀ ਸਾਧੂਆਂ ਦਾ, ਹਿੰਦੂ ਸਾਧੂਆਂ ਦਾ ਸੀ ਜਿਹੜਾ ਕਬਜ਼ਾ ਹੋ ਚੁੱਕਾ ਸੀ ਉਦਾਸੀ ਸਾਧੂਆਂ ਦਾ, ਤੇ ਇਹਨਾਂ ਨੇ ਮੂਰਤੀਆਂ ਰੱਖਤੀਆਂ ਗੁਰੂ ਘਰਾਂ ਦੇ ਵਿੱਚ, ਟੱਲ ਖੜਕਣੇ ਸ਼ੁਰੂ ਹੋ ਗਏ ਸੀ। ਤੇ ਅਕਾਲੀ ਲਹਿਰ ਦੇ ਸਮੇਂ ਸਿੰਘਾਂ ਨੇ ਫਿਰ ਇਹ ਗੁਰੂ ਘਰ ਦੀ ਮਰਿਆਦਾ ਨੂੰ ਬਹਾਲ ਕੀਤਾ, ਜੋ ਮੂਰਤੀ ਪੂਜਾ ਨਹੀਂ ਸਿੱਖ ਧਰਮ ਦੇ ਵਿੱਚ। ਸੋ ਸ਼ਬਦ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਇਹ ਜਿਹੜਾ ਸਿੱਖੀ ਦਾ ਸਿਧਾਂਤ ਹੈ ਇਹ ਗੁਰੂ ਘਰਾਂ ਦੇ ਵਿੱਚ ਲਾਗੂ ਕਰਵਾਇਆ ਗਿਆ, ਉੱਥੋਂ ਮੂਰਤੀਆਂ ਚਕਵਾਈਆਂ ਗਈਆਂ, ਜਿਸ ਕਰਕੇ ਇਹ ਕਹਿ ਰਿਹਾ ਵੀ ਹਿੰਦੂਆਂ ਤੋਂ ਵੱਖ ਕਰ ਦਿੱਤਾ। ਅਖੀਰ ਦੇ ਵਿੱਚ ਇਹ ਆਪਣੇ ਲੋਕਾਂ ਨੂੰ ਕਹਿ ਰਿਹਾ ਵੀ ਸਭੀ ਬ੍ਰਾਹਮਣੋਂ ਸੇ ਅਨੁਰੋਧ ਹੈ ਕਿ ਇਸੇ ਜ਼ਿਆਦਾ ਸੇ ਜ਼ਿਆਦਾ ਸ਼ੇਅਰ ਕਰੇ, ਔਰ ਬ੍ਰਾਹਮਣ ਯੋਧਾਓਂ ਕਾ ਇਤਿਹਾਸ ਹੈ ਜਿਹੜਾ ਬਿਕਾਊ ਵਾਮਪੰਥੀਓਂ ਨੇ ਮਿਟਾ ਦਿਆ ਹੈ, ਉਹ ਦੁਨੀਆ ਕੇ ਸਾਹਮਣੇ ਆਏ ਬ੍ਰਾਹਮਣ ਯੋਧਾਓਂ। ਸੋ ਸਾਰੇ ਯੋਧਿਆਂ ਨੂੰ ਸਾਧ ਜੀ ਨੇ ਬ੍ਰਾਹਮਣ ਹੀ ਲਿਖ ਦਿੱਤਾ ਇਸ ਮੈਸੇਜ ਦੇ ਵਿੱਚ। ਪਰ ਮੈਂ ਬੇਨਤੀ ਇੱਕ ਹੋਰ ਤੁਹਾਨੂੰ ਗੱਲ ਦੱਸਾਂ, ਸੋਸ਼ਲ ਮੀਡੀਆ ਦੇ ਉੱਤੇ, ਯੂਟਿਊਬ ਦੇ ਉੱਤੇ ਤੁਸੀਂ ਦੇਖ ਸਕਦੇ ਹੋ, ਆ 15-20 ਦਿਨ ਪਹਿਲਾਂ ਦੀ ਗੱਲ ਹੈ, ਇੱਕ ਹਿੰਦੂ ਪਰਿਵਾਰ ਦੀ ਔਰਤ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਕਰ ਰਹੀ ਹੈ, ਹੱਥ ਜੋੜ ਕੇ ਬੇਨਤੀ ਕਰ ਰਹੀ ਹੈ ਵੀ ਮੈਂ ਸਿੱਖਾਂ ਨੂੰ ਬੇਨਤੀ ਕਰਦੀ ਹਾਂ ਵੀ ਦੋ ਗੁੰਡੇ ਨੇ ਜਿਹੜੇ ਮੇਰੀਆਂ ਧੀਆਂ ਨੂੰ ਤੰਗ ਕਰਦੇ ਨੇ,
ਮੇਰੀ ਪੁਲਿਸ ਨੇ ਵੀ ਨਹੀਂ ਸੁਣੀ, ਮੇਰੀ ਕਿਸੇ ਨੇ ਨਹੀਂ ਸੁਣੀ, ਮੈਂ ਆਪਣੇ ਲੋਕਾਂ ਨੂੰ ਵੀ ਬੜਾ ਕਹਿਤਾ, ਕਿਸੇ ਨੇ ਮੇਰੀ ਸਾਰ ਨਹੀਂ ਲਈ। ਮੇਰੀ ਸਿੱਖਾਂ ਦੇ ਅੱਗੇ ਬੇਨਤੀ ਹੈ ਵੀ ਮੇਰੀਆਂ ਬੱਚੀਆਂ ਦੀ ਇੱਜ਼ਤ ਬਚਾਈ ਜਾਵੇ। ਉਹਨੇ ਵੀਡੀਓ ਵਾਇਰਲ ਕੀਤੀ। ਉਸ ਦੀ ਵੀਡੀਓ ਨੂੰ ਵੇਖ ਕੇ ਮੋਗੇ ਦੇ ਸਿੰਘਾਂ ਨੇ ਫਿਰ ਜਾ ਕੇ ਉਹਨਾਂ ਸ਼ਰਾਰਤੀ ਉਹਨਾਂ ਮਸ਼ਟੰਡਿਆਂ ਨੂੰ ਸਬਕ ਸਿਖਾਇਆ, ਸੋਧਿਆ ਉਹਨਾਂ ਨੂੰ। ਆਹ 15-20 ਦਿਨ ਪੁਰਾਣੀ ਗੱਲ ਹੈ, ਯੂਟਿਊਬ ਦੇ ਉੱਤੇ ਤੁਸੀਂ ਦੇਖ ਸਕਦੇ ਹੋ। ਸੋ ਗੁਰਮੁਖ ਪਿਆਰਿਓ, ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਮੇਰਾ ਮਕਸਦ ਨਹੀਂ ਇਸ ਵੀਡੀਓ ਦੇ ਵਿੱਚ। ਮੈਂ ਤਾਂ ਸਿਰਫ ਉਹ ਗੱਲ ਕਰਨ ਜਾ ਰਿਹਾ ਵੀ ਇਸ ਮੈਸੇਜ ਦੇ ਰਾਹੀਂ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ, ਸਿੱਖਾਂ ਨੂੰ ਭੜਕਾਇਆ ਜਾ ਰਿਹਾ ਤੇ ਹਿੰਦੂਆਂ ਨੂੰ ਗਲਤ ਸਿੱਖਿਆ ਦਿੱਤੀ ਜਾ ਰਹੀ ਹੈ। ਸੋ ਗੁਰਮੁਖ ਪਿਆਰਿਓ, ਮੈਂ ਬੇਨਤੀ ਇਹੀ ਕਰਾਂਗਾ ਕਿ ਇਹੋ ਜਿਹੇ ਮੈਸੇਜ ਨੂੰ ਅੱਗੇ ਨਾ ਫਾਰਵਰਡ ਕਰੋ, ਸਮਝੋ, ਇਸ ਨੂੰ ਸਮਝਣ ਦਾ ਯਤਨ ਕਰੋ। ਜੋ ਇਤਿਹਾਸਕ ਤੱਥ ਤੋੜ ਮਰੋੜ ਕੇ ਪੇਸ਼ ਕੀਤੇ ਜਾ ਰਹੇ ਨਾ ਸਿੱਖੀ ਨੂੰ ਖਤਮ ਕਰਨ ਦੇ ਲਈ, ਕਿਉਂਕਿ ਇਹਨਾਂ ਏਜੰਸੀਆਂ ਨੇ ਸਮਝ ਲਿਆ ਬਈ ਹੁਣ ਤਲਵਾਰ ਦੇ ਜ਼ੋਰ ਨਾਲ ਸਿੰਘ ਖਤਮ ਨਹੀਂ ਹੋ ਸਕਦੇ, ਇਹਨਾਂ ਨੂੰ ਵਿਚਾਰ ਤੋਂ ਤੋੜਿਆ ਜਾਏ, ਇਹਨਾਂ ਨੂੰ ਬਾਣੀ ਬਾਣੇ ਤੋਂ ਤੋੜਿਆ ਜਾਏ। ਤਾਂ ਫਿਰ ਉਹੋ ਜਿਹੇ ਕੁਝ ਯਤਨ ਨੇ ਜਿਹੜੇ ਕੁਝ ਏਜੰਸੀਆਂ ਵੱਲੋਂ ਕੀਤੇ ਜਾਂਦੇ ਨੇ। ਸੋ ਮੇਰੀ ਇਹੀ ਬੇਨਤੀ ਹੈ ਕਿ ਆਪਾਂ ਸੋਚ ਸਮਝ ਕੇ ਚੱਲੀਏ ਗੁਰਮੁਖ ਪਿਆਰਿਓ, ਰਲ ਮਿਲ ਕੇ ਰਹੀਏ ਸਾਰੇ ਹਿੰਦੂ ਸਿੱਖ, ਸਾਰੇ ਭਾਈਚਾਰਕ ਸਾਂਝ ਬਣਾ ਕੇ ਰੱਖੀਏ, ਕਿਉਂਕਿ ਰਹਿਣਾ ਸਾਰਿਆਂ ਨੇ ਆਪਾਂ ਇਕੱਠੇ ਹੀ ਹੈ, ਚਾਹੇ ਹਿੰਦੂ ਹੈ, ਕੋਈ ਸਿੱਖ ਹੈ, ਕੋਈ ਮੁਸਲਮਾਨ ਹੈ, ਉਹ ਸਭ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਸਭ ਉਸ ਅਕਾਲ ਪੁਰਖ ਦੇ ਬੰਦੇ ਨੇ ਗੁਰਮੁਖ ਪਿਆਰਿਓ, ਕੋਈ ਮਾੜਾ ਨਹੀਂ, ਪਰ ਆਪੋ ਆਪਣੇ ਸਿਧਾਂਤ ਦੇ ਉੱਤੇ ਸਾਰੇ ਕਾਇਮ ਰਹਿਣ, ਸਾਡੀ ਤਾਂ ਇਹੀ ਬੇਨਤੀ ਹੈ। ਸੋ ਅੱਜ ਦੀ ਇਸ ਵੀਡੀਓ ਦੇ ਰਾਹੀਂ ਜੇ ਕੋਈ ਮਾੜੀ, ਜੇ ਕੋਈ ਗੱਲ ਕਿਸੇ ਦੇ ਦਿਲ ਨੂੰ ਲੱਗ ਗਈ ਹੋਵੇ, ਜੇ ਕਿਸੇ ਨੂੰ ਕੋਈ ਠੇਸ ਪਹੁੰਚੀ ਹੋਵੇ, ਤਾਂ ਮੈਂ ਹੱਥ ਬੰਨ੍ਹ ਕੇ ਮਾਫ਼ੀ ਮੰਗਦਾ। ਸੋ ਗੁਰਮੁਖ ਪਿਆਰਿਓ, ਇਹ ਜੋ ਮੈਸੇਜ ਕਈਆਂ ਵੀਰਾਂ ਵੱਲੋਂ ਮੈਨੂੰ ਫਾਰਵਰਡ ਕੀਤਾ ਗਿਆ, ਅਤੇ ਜੋ ਮੈਨੂੰ ਮਹਿਸੂਸ ਹੋਇਆ ਕਿ ਇਸ ਲਿਖਤ ਦੇ ਵਿੱਚ ਹੀਣ ਭਾਵਨਾ, ਨਫ਼ਰਤ ਦੀ ਭਾਵਨਾ, ਸਿਧਾਂਤ ਨੂੰ ਖਤਮ ਕਰਨ ਦੀ ਭਾਵਨਾ ਅਤੇ ਗਲਤ ਪ੍ਰਚਾਰ ਦੁਨੀਆਂ ਦੇ ਵਿੱਚ ਫੈਲਾਉਣ ਦੀ ਭਾਵਨਾ, ਸੋ ਉਹ ਜੋ ਤੱਥ ਇਤਿਹਾਸਕ ਆਪ ਜੀ ਦੇ ਨਾਲ ਸਾਂਝੇ ਕੀਤੇ, ਸੋ ਇਤਨਿਕ ਸੇਵਾ ਪ੍ਰਵਾਨ ਕਰਨੀ ਜੀ। ਅਖੀਰ 'ਤੇ ਫਿਰ ਬੇਨਤੀ ਕਰਾਂਗੇ ਕਿ ਖਾਲਸਾ ਪ੍ਰਚਾਰ ਮਿਸ਼ਨ ਯੂਟਿਊਬ ਚੈਨਲ ਇਹ ਜ਼ਰੂਰ ਸਬਸਕ੍ਰਾਈਬ ਕਰ ਲਓ, ਤਾਂ ਕਿ ਆਪਾਂ ਜੋ ਵੀ ਸੇਵਾਵਾਂ ਗੁਰੂ ਸਾਹਿਬ ਲੈ ਰਹੇ ਨੇ, ਬੱਚਿਆਂ ਦੀ ਪੜ੍ਹਾਈ ਦੀਆਂ, ਗੁਰਮਤਿ ਪ੍ਰਚਾਰ ਦੀਆਂ, ਇਹ ਸਾਰੀਆਂ ਸੇਵਾਵਾਂ ਆਪ ਜੀ 'ਤੇ ਤੱਕ ਪਹੁੰਚਦੀਆਂ ਰਹਿਣ, ਸੋ ਇਤਨੀ ਸੇਵਾ ਪ੍ਰਵਾਨ ਕਰਨੀ ਜੀ। ਬੁਲਾਓ ਫਤਿਹ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ। ਗੁਰਪਿਆਰਿਓ, ਅਜਿਹੀਆਂ ਬਹੁਤ ਸਾਰੀਆਂ ਵੀਡੀਓਜ਼, ਅਜਿਹੇ ਬਹੁਤ ਸਾਰੇ ਮੈਸੇਜਸ ਨੇ ਜੋ ਧਰਮ ਵਿਰੋਧੀ ਹੁੰਦੇ ਨੇ, ਜੋ ਕਿਸੇ ਵੀ ਘੱਟ ਗਿਣਤੀ ਸਮੁਦਾਇ ਨੂੰ ਨਿਸ਼ਾਨਾ ਬਣਾ ਕੇ ਵਾਇਰਲ ਕੀਤੇ ਜਾਂਦੇ ਨੇ। ਫਿਰ ਗੱਲ ਚਾਹੇ ਬੋਧੀਆਂ ਦੀ ਹੋਵੇ, ਜੈਨੀਆਂ ਦੀ ਹੋਵੇ, ਸਿੱਖ ਭਾਈਚਾਰੇ ਦੀ ਹੋਵੇ, ਮੁਸਲਿਮ ਭਾਈਚਾਰੇ ਦੀ ਹੋਵੇ ਜਾਂ ਈਸਾਈ ਭਾਈਚਾਰੇ ਦੀ ਹੋਵੇ, ਪਰ ਅਜਿਹੇ ਮੈਸੇਜਸ ਵਾਇਰਲ ਕਰਨ ਤੋਂ ਪਹਿਲਾਂ ਅਜਿਹੇ ਸ਼ਰਾਰਤੀ ਅੰਸਰਾਂ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਇਸ ਦਾ ਅੰਜਾਮ ਕੀ ਹੋ ਸਕਦਾ ਹੈ, ਕਿਉਂਕਿ ਅਗਰ ਅਸੀਂ ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਾਂ ਤਾਂ ਕਈ ਵਾਰ ਉਸ ਦਾ ਅੰਜਾਮ ਬਹੁਤ ਮਾੜਾ ਵੀ ਨਿਕਲਦਾ ਹੈ। ਇਸ ਕਰਕੇ ਆਪਸੀ ਸਾਂਝ ਵਿੱਚ, ਆਪਸੀ ਭਾਈਚਾਰੇ ਦੇ ਵਿੱਚ ਪਾੜ ਕਦੇ ਵੀ ਨਾ ਪਵੇ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਦੇ ਨਾਲ ਨਾ ਖੇਡੀਏ, ਤੇ ਨਾ ਅਸੀਂ ਕਦੇ ਕਿਸੇ ਵੀ ਧਰਮ ਨੂੰ ਜਾਂ ਕਿਸੇ ਖਾਸ ਸਮੁਦਾਇ ਨੂੰ ਰੌਂਦਣ ਦੀ ਕੋਸ਼ਿਸ਼ ਕਰੀਏ ਜਾਂ ਉਸ ਦੇ ਉੱਤੇ ਆਪਣੇ ਧਰਮ ਦਾ ਰੰਗ ਚੜ੍ਹਾਉਣ ਦੀ ਕੋਸ਼ਿਸ਼ ਕਰੀਏ। ਜੇਕਰ ਅਜਿਹਾ ਕਰਦੇ ਹਾਂ ਤਾਂ ਇਸ ਦੇ ਸਿੱਟੇ ਵਜੋਂ ਅਜਿਹੇ ਘਟੀਆ ਅੰਸਰਾਂ ਨੂੰ ਕਈ ਵਾਰ ਸੋਧਾ ਵੀ ਲੱਗ ਜਾਂਦਾ ਹੈ। ਤੇ ਇਹ ਸਭ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।